ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਰਾਜਪ੍ਰੀਤ ਕੌਰ ਜੀ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚਹਿਲ ਡਿਜ਼ਾਈਨਰ ਬੁਟੀਕ ਤੇ। ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਤੇ ਸਭ ਤੋਂ ਪਹਿਲਾਂ ਰਿਕੁਐਸਟ ਹੈ ਜੀ, ਜਿਹੜੇ ਨਵੇਂ ਵਿਵਰ ਸਾਰੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨ, ਜੇ ਆਉਣ ਵਾਲੀਆਂ ਵੀਡੀਓ ਨੇ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਮਿਲ ਜੇ। ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ, ਤੇ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ, ਵੀ ਸਾਡੇ ਸੂਟ ਆ ਜਿਹੜੇ ਤੁਹਾਨੂੰ ਕਿੱਦਾਂ ਲੱਗਦੇ ਨੇ, ਤੇ ਅੱਗੇ ਰਿਸ਼ਤੇਦਾਰਾਂ 'ਚ ਵੀ ਸ਼ੇਅਰ ਕਰਿਆ ਕਰੋ ਜੀ ਸਾਰਿਆਂ 'ਚ। ਤੇ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਵਾਲੇ ਜਿਹੜੇ ਸੂਟ ਨੇ ਉਹ ਕੁਛ ਰਾਮਟੈਕਸ ਕਾਟਨ ਦੇ ਹੋਣਗੇ ਜੀ, ਕੁਛ ਵਾਲੇ ਸੂਟ ਹੈਗੇ ਨੇ ਪਿਓਰ ਕਾਟਨ ਦੇ ਜੀ। ਆਓ ਜੀ ਵੀਡੀਓ ਸ਼ੁਰੂ ਕਰਦੇ ਹਾਂਗੇ। ਸਭ ਤੋਂ ਪਹਿਲਾਂ ਸੂਟ ਹੈਗਾ ਜੀ ਮਜੈਂਟਾ ਕਲਰ ਦਾ, ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਹੋਣਗੇ, ਵਧੀਆ ਬ੍ਰਾਂਡ ਦੇ ਸੂਟ ਹੋਣਗੇ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਉਹਨੂੰ ਕੋਈ ਹੋਣਗੇ ਬੇਕਾਰ ਜੇ ਤੁਹਾਨੂੰ ਨਹੀਂ ਵਧੀਆ ਚੀਜ਼ ਦਿਖਾਉਂਦੇ। ਤੇ ਆਹ ਵਾਲਾ ਹੈਗਾ ਜੀ ਮਜੈਂਟਾ ਕਲਰ ਦਾ ਸੂਟ ਆ, ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ, ਬਹੁਤ ਸੋਹਣਾ ਪ੍ਰਿੰਟ ਹੈਗਾ ਦੇਖ ਸਕਦੇ ਹੋ। ਖੋਲ ਹੀ ਲਵਾਂ ਯਾਰ, ਵਾਹਿਗੁਰੂ। ਲਓ ਜੀ ਆਹ ਹੈਗੀ ਹੈ ਜਿਹਦੀ ਸਲਵਾਰ, ਵਿੱਚ ਸਲਵਾਰ ਦੇ ਸ਼ਿਵ ਜੇ ਬਣੇ ਹੋਏ ਨੇ, ਬਹੁਤ ਸੋਹਣੇ, ਬਹੁਤ ਸੋਹਣਾ ਪ੍ਰਿੰਟ ਹੈਗਾ, ਜਿੱਦਾਂ ਫੁੱਲ ਆ ਉਦਾਂ ਹੀ ਸਲਵਾਰ ਦਾ ਰਾਮਟੈਕਸ ਦੇ ਸੂਟ ਨੇ ਜੀ। ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਜੀ। ਪ੍ਰਾਈਜ਼ ਹੈਗਾ ਜੀ 850 ਰੁਪਿਆ, 850 ਰੁਪਿਆ ਪ੍ਰਾਈਜ਼ ਆ। ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ। ਬਹੁਤ ਸੋਹਣਾ ਸੂਟ ਆ, ਕੋਈ ਰੰਗ ਨਹੀਂ ਫਿੱਟ ਹੁੰਦੇ ਇਹਨਾਂ ਦੇ, ਬਹੁਤ ਸੋਹਣੀ ਕਾਟਨ ਆ। ਅਗਲਾ ਸੂਟ ਹੈਗਾ ਜੀ ਮਸਟਰਡ ਜੇ ਕਲਰ ਦਾ, ਮਸਟਰਡ ਕਲਰ ਦਾ ਸੂਟ ਆ, ਆ ਇਹਦੇ ਨਾਲ ਸਲਵਾਰ ਆਊਗੀ, ਦੋ ਸੂਟ ਨੇ ਜੀ ਇਸ ਕਰਕੇ ਇਕੱਠਾ ਗਾ। ਆ ਜੇ ਤੁਸੀਂ ਆਲ ਓਵਰ ਲੈਣਾ ਚਾਹੋ ਆਲ ਓਵਰ ਵੀ ਲੈ ਸਕਦੇ ਹੋ, ਜੇ ਮੈਚਿੰਗ ਲੈਣਾ ਚਾਹੋ ਮੈਚਿੰਗ ਵੀ ਲੈ ਸਕਦੇ ਹੋ ਜੀ। ਆ ਇਹਦੇ ਨਾਲ ਸਲਵਾਰ ਆਊਗੀ, ਵਧੀਆ ਆਇਆ ਸੋਹਣਾ, ਆ ਸਲਵਾਰ ਆਊਗੀ, ਮਸਟਰਡ ਕਲਰ ਦਾ ਸੂਟ ਹੈਗਾ, ਬਹੁਤ ਸੋਹਣਾ ਕੋਂਬੀਨੇਸ਼ਨ ਬਣਿਆ ਹੋਇਆ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ। 850 ਰੁਪਿਆ ਪ੍ਰਾਈਜ਼ ਆ, ਕੋਈ ਰੰਗ ਨਹੀਂ ਫਿੱਟ ਹੁੰਦਾ, ਬਹੁਤ ਵਧੀਆ ਕੁਆਲਿਟੀ ਦੇ ਸੂਟ ਨੇ। ਹਾਂਜੀ ਅਗਲੇ ਸੂਟ ਹੈਗੇ ਜੀ ਇਹ ਪਿਓਰ ਕਾਟਨ ਆ ਮਲਮਲ, ਤੇ ਇਹ ਵੀ ਬਹੁਤ ਸੋਹਣੇ ਨੇ। ਇਹ ਆਊਗਾ ਜੀ 3.25 ਮੀਟਰ ਕੱਪੜਾ ਆਊਗਾ ਜੀ, ਇਹ 3.5 ਤੇ ਪਨਾ ਤੁਸੀਂ ਆਪ ਦੇਖ ਲਓ ਇਹਦਾ ਐਡਾ ਵੱਡਾ ਬਣਾਗਾ, ਆ ਇਹਦਾ ਪਨਾ ਜੀ, ਵੱਡੇ ਪਨੇ ਦੇ ਸੂਟ ਰਹਿਣਗੇ ਤੇ 3.5 ਮੀਟਰ ਰਹੂਗਾ, ਬਹੁਤ ਸੋਹਣਾ ਸੂਟ ਹੈਗਾ, 3 ਮੀਟਰ ਦੇ ਸੂਟ ਬਣ ਜਾਂਦਾ ਵੈਸੇ ਤਾਂ, ਤੇ ਬਹੁਤ ਸੋਹਣੀ ਕਾਟਨ ਹੈਗੀ, 600 ਰੁਪਇਆ ਦਾ ਪ੍ਰਾਈਜ਼ ਹੈਗਾ, ਬਹੁਤ ਸੋਹਣੀ ਸੋਫਟ ਕਾਟਨ ਹੈਗੀ, ਗਰਮੀ ਗਰਮੀ ਜਿੱਦਾਂ ਮਰਜ਼ੀ ਪਾਈ ਜਾਇਓ ਕੋਈ ਚੱਕਰ ਨਹੀਂ ਹੈਗਾ, ਬਹੁਤ ਸੋਹਣਾ ਕਲਰ ਆ, ਲਾਈਟ ਜਾ ਪੀਲਾ ਜਿਹਾ ਕਲਰ ਹੈਗਾ, ਕੱਚਾ ਪੀਲਾ ਜਿਹਾ, ਬਹੁਤ ਸੋਹਣਾ ਕਲਰ ਆ ਮਿੱਠਾ ਜਿਹਾ। ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਿਓ। ਅਗਲਾ ਸੂਟ ਹੈਗਾ ਜਿਹੜਾ ਇਹ ਵੀ ਬਹੁਤ ਸੋਹਣਾ ਕਲਰ ਆ, ਇਹਦਾ ਪ੍ਰਾਈਜ਼ ਵੀ 600 ਰੁਪਇਆ ਜੀ, ਬਹੁਤ ਸੋਹਣੀ ਸੋਫਟ ਸੋਫਟ ਕਾਟਨ ਹੈਗੀ, ਬਹੁਤ ਸੋਹਣੇ ਸੂਟ ਆ, ਪ੍ਰਿੰਟਿੰਗ ਬਹੁਤ ਸੋਹਣੀ ਹੋਈ ਹੋਈ ਆ ਸੂਟ ਦੀ, ਬਹੁਤ ਸੋਹਣਾ ਪ੍ਰਿੰਟ ਹੈਗਾ, 600 ਰੁਪਇਆ ਦਾ ਪ੍ਰਾਈਜ਼ ਹੈ ਜੀ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਜੀ। ਸਾਰੇ ਜਿਹੜੇ ਆਪਣੇ ਪ੍ਰਿੰਟ ਨੇ ਬਹੁਤ ਸੋਹਣੇ ਆ ਸਾਰੇ, ਆਪੋ ਆਪਦੀ ਜਗ੍ਹਾ ਤੇ ਆਪੋ ਆਪਦੇ ਕਲਰ ਬਹੁਤ ਸੋਹਣੇ ਲੱਗ ਰਹੇ ਨੇ।
ਅਗਲਾ ਕਲਰ ਆ ਵਾਲਾ ਜੀ। ਜੇ ਤੁਸੀਂ ਚਾਹੋ ਤਾਂ ਇਹਦੇ ਨਾਲ ਆਫ ਵਾਈਟ ਕਲਰ ਦੀ ਸਲਵਾਰ ਵੀ ਰੱਖ ਸਕਦੇ ਹੋ ਵੀ, ਉਹ ਤੁਹਾਡੀ ਇੱਛਾ ਜੀ। ਤੇ ਬਲਿਊ ਵੀ ਲੈ ਸਕਦੇ ਹੋ ਸਲਵਾਰ, ਜੇ ਬਲਿਊ ਚਾਹੋ ਬਲਿਊ ਵੀ ਲੈ ਸਕਦੇ ਹੋ, ਆਫ ਵਾਈਟ ਵੀ ਲੈ ਸਕਦੇ ਹੋ। ਬਹੁਤ ਸੋਹਣਾ ਕੰਬੀਨੇਸ਼ਨ ਬਣੂਗਾ ਤੇ ਬਹੁਤ ਸੋਹਣੇ ਸੂਟ ਨੇ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਆ ਜਿਹੜਾ ਜਲਦੀ ਜਲਦੀ ਦਿਓ। ਅਗਲਾ ਕਲਰ ਜੀ ਆ ਵਾਲਾ ਹੈਗਾ, ਤਾਂ ਅਗਲਾ ਕਲਰ ਬਹੁਤ ਸੋਹਣਾ ਗਾ। ਪਿੰਕ ਜਾ ਅਗਲਾ ਸੂਟ ਹੈਗਾ ਜੀ, ਪਿੰਕ ਕਲਰ ਦਾ ਪਿੰਕ ਸੂਟ ਹੈ, ਇਹ ਵੀ ਬਹੁਤ ਸੋਹਣਾ ਸੂਟ ਆ। ਪਲੀਜ਼ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਸਾਰਿਆਂ ਨੂੰ ਰਿਕੁਐਸਟ ਆ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਸ਼ੇਅਰ ਵੀ ਜ਼ਰੂਰ ਕਰਿਆ ਕਰੋ, ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਲੱਗੇ। ਅਤੇ ਅਗਲਾ ਜਿਹੜਾ ਸੂਟ ਆਪਾਂ ਦਿਖਾ ਰਹੇ ਹਾਂ ਇਹ ਹੈਗੇ ਜੀ ਰਾਮਟੈਕਸ ਦੇ, ਰਾਮਟੈਕਸ ਕੋਟਨ ਦੇ ਸੂਟ ਨੇ, ਜਿਵੇਂ ਜਾਮ ਕੋਟਨ ਹੁੰਦੀ ਹੈ ਉੱਦਾਂ ਉਹ ਵਾਲੇ ਸੂਟ ਨੇ ਰਾਮਟੈਕਸ ਦੇ, ਬਹੁਤ ਸੋਹਣੇ ਸੂਟ ਨੇ। ਆਹ ਹੈਗਾ ਫਿਰੋਜ਼ੀ ਜਿਹਾ ਕਲਰ, ਬਹੁਤ ਸੋਹਣਾ ਕਲਰ ਆ, ਇਹਦੇ ਤੇ ਮੋਰ ਹੈਗੀ ਆ ਤੇ ਵਿੱਚ ਵਿੱਚ ਅੱਧੇ ਕਿਤੇ ਮੋਰ ਜੀ ਨਹੀਂ ਹੁੰਦੀ ਉਹਨਾਂ ਤੇ, ਬਹੁਤ ਸੋਹਣੇ ਸੂਟ ਆ ਜੀ, ਰਾਮਟੈਕਸ ਬ੍ਰਾਂਡ ਦੇ ਸੂਟ ਨੇ। ਪਲੇਨ ਸੂਟ ਆ ਜੀ, ਜੇ ਤੁਸੀਂ ਵਰਕ ਕਰਕੇ ਲੈਣਾ ਚਾਹੋ ਵਰਕ ਕਰਕੇ ਵੀ ਲੈ ਸਕਦੇ ਹੋ, ਪਲੇਨ ਲੈਣਾ ਚਾਹੋ ਪਲੇਨ ਵੀ ਲੈ ਸਕਦੇ ਹੋ ਜੀ। 800 ਰੁਪਏ ਦਾ ਸੂਟ ਆ ਜੀ, ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ। ਤੇ ਅਗਲਾ ਸੂਟ ਹੈਗਾ ਜੀ ਬਲੈਕ ਕਲਰ ਦਾ, ਅਗਲਾ ਸੂਟ ਬਲੈਕ ਕਲਰ ਦਾ ਹੈ। ਐਂ ਕਰ ਲਾ ਨਾ, ਚਲ ਕੋਈ ਨਹੀਂ, ਸਾਰੇ ਮੋਹਣ ਲੱਗ ਲੱਗ ਖਾ ਲੂੰਗੀ। ਅਗਲਾ ਸੂਟ ਬਲੈਕ ਕਲਰ ਦਾ ਹੈਗਾ, ਇਹ ਵੀ ਬਹੁਤ ਸੋਹਣਾ ਸੂਟ ਹੈ ਜੀ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਜੀ। ਇਹਦੇ ਉੱਤੇ ਲਿਖਿਆ ਹੋਇਆ ਸੀ ਲਿਖਾ ਸਕਦੇ ਹੋ ਧਿਆਨ ਦਿੱਤਾ, ਰਾਮਟੈਕਸ ਬ੍ਰਾਂਡ ਦੇ ਸੂਟ ਨੇ ਜੀ ਸਾਰੇ। ਆਹ ਕਲਰ ਹੈਗਾ ਜੀ ਕਰੀਮ ਕਲਰ, ਇਹਦੇ ਤੇ ਮੋਹਰ ਲੱਗੀ ਹੋਈ ਹੈ, ਪਹਿਲਾਂ ਤੇ ਲੱਗੀ ਰਾਮਟੈਕਸ ਬ੍ਰਾਂਡ ਦੇ ਨਾਲ ਸਾਰਿਆਂ ਤੇ ਮੋਹਰ ਲੱਗੀ ਹੋਈ ਹੈ ਜੀ, ਕੋਈ ਵਾਰ ਇਹਨੂੰ ਲੱਗਦੀ। ਤੇ ਅਗਲਾ ਸੂਟ ਹੈਗਾ ਜੀ ਮਹਿੰਦੀ ਕਲਰ ਦਾ, ਮਹਿੰਦੀ ਕਲਰ ਦਾ ਸੂਟ ਆ, ਬਹੁਤ ਸੋਹਣਾ ਸੂਟ ਆ, ਜੇ ਤੁਸੀਂ ਚਾਹੋ ਤਾਂ ਵਰਕ ਕਰਾ ਕੇ ਵੀ ਲੈ ਸਕਦੇ ਹੋ, ਇੱਦਾਂ ਵੀ ਲੈ ਸਕਦੇ ਹੋ, ਬਹੁਤ ਸੋਹਣੇ ਲੱਗ ਰਿਹਾ ਜੀ ਸਾਰੇ ਸੂਟ। ਤੇ ਅਗਲਾ ਸੂਟ ਹੈਗਾ ਜਿਹੜਾ ਉਹ ਹੈਗਾ ਜੀ ਮਸਟਰਡ ਕਲਰ ਦਾ, ਦੇਖ ਸਕਦੇ ਹੋ ਤੁਸੀਂ ਇਹਦੇ ਉੱਤੇ ਮੋਹਰ ਲੱਗੀ ਹੋਈ ਹੈ ਰਾਮਟੈਕਸ ਦੇ, ਸਾਰੇ ਸੂਟ ਰਾਮਟੈਕਸ ਬ੍ਰਾਂਡ ਦੇ ਰਹਿਣਗੇ, ਜਿੱਦਾਂ ਆਪਣੇ ਹੁੰਦੀ ਹੈ ਕਿ ਜਾਮ ਕੋਟਨ ਉੱਦਾਂ ਦਾ ਇਹ ਸਟਾਫ ਹੈਗਾ, ਬਹੁਤ ਸੋਹਣਾ, ਜਿਵੇਂ ਮਰਜ਼ੀ ਬਿਨਾਂ ਲਾਈਨਿੰਗ ਤੋਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਲਾਸਟ ਕਲਰ ਰਹਿ ਗਿਆ ਜੀ ਇਹ ਵਾਲਾ ਹੈਗਾ ਜੀ ਮਜੈਂਟਾ ਜਿਹਾ ਕਲਰ, ਹੈ ਨਾ ਮਜੈਂਟਾ ਹੀ ਨਾਭੀ ਮਹਿਰੂਨ ਮਜੈਂਟਾ ਜਿਹਾ ਕਲਰ ਹੈਗਾ। ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ। ਹਾਂਜੀ ਹਾਂਜੀ, ਉਮੀਦ ਕਰਦੇ ਹਾਂ ਜੀ ਅੱਜ ਵਾਲੇ ਸੂਟ ਆ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ, ਰਿਕੁਐਸਟ ਹੀ ਆ ਜੀ ਸਾਰਿਆਂ ਨੂੰ। ਤੇ ਬਾਕੀ ਆਪਣਾ ਮੈਸੇਜ ਕਰਕੇ ਕਮੈਂਟ ਕਰਕੇ ਦੱਸਿਆ ਕਰੋ ਜੀ ਸੂਟ ਤੁਹਾਨੂੰ ਕਿੱਦਾਂ ਲੱਗੇ, ਤਾਂ ਜੋ ਅਸੀਂ ਸਾਨੂੰ ਵੀ ਪਤਾ ਲੱਗੇ ਵੀ ਹਾਂ ਸਾਡੀ ਚੀਜ਼ ਵਧੀਆ ਲੱਗਦੀ ਆ, ਤੇ ਅਸੀਂ ਕੋਸ਼ਿਸ਼ ਕਰੀਏ ਵੀ ਇਸ ਤੋਂ ਵਧੀਆ ਵੀ ਚੀਜ਼ ਲੈ ਕੇ ਆਈਏ ਹੋਰ ਜਿਹੜਾ ਕੋਈ
ਆਪਣਾ ਨਵਾਂ ਸਟੱਫ ਲੈ ਕੇ ਆਈਏ, ਹੋਰ ਕੋਈ ਚੀਜ਼ ਵੀ ਕਿੱਦਾਂ ਦੀ, ਜੇ ਕਿਸੇ ਨੂੰ ਕੋਈ ਵੀ ਚੀਜ਼ ਸਟੱਫ ਚਾਹੀਦਾ ਵੀ ਸਾਨੂੰ ਇੱਦਾਂ ਦਾ ਚਾਹੀਦਾ, ਉਹ ਵੀ ਸਾਨੂੰ ਦੱਸ ਦਿਆ ਕਰੋ ਜੀ, ਤਾਂ ਜੋ ਪਤਾ ਲੱਗਦਾ ਰਹਿੰਦਾ ਵੀ ਆਹ ਚੀਜ਼ ਮੰਗੀ ਆਪਾਂ, ਆਹ ਚੀਜ਼ ਨਵੀਂ ਦਿਖਾਈਏ। ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ ਜੀ।